ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਕਰਦੇ ਆ ਸਟਾਰਟ ਅਜੇ ਸੋਚ ਰਹੇ ਕਿਤੇ ਜਾਣ ਦਾ ਦੱਸਾਂਗੇ ਅਜੇ ਨਹੀਂ ਦੱਸਾਂਗੇ ਜਾ ਪਹੁੰਚ ਕੇ ਦੱਸਾਂਗੇ ਕਿੱਥੇ ਜਾ ਰਹੇ ਆ ਸਾਡੇ ਪ੍ਰਦੀਪ ਭਾਜੀ ਹੈਲੋ ਸਰ ਆ ਮਿਸਟਰ ਗੁਰਦੀਪ ਚੱਦਣਾ 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 ਦਿੱਤਾ ਹੈਲੋ ਤੁਸੀਂ ਜੀ ਨਹੀਂ ਕਰਨੀ ਹੈਲੋ ਕਰਤਾ ਸਰ ਮੈਂ ਇਹ ਆ ਚੁੱਕਾ ਹੈ ਸਮਰਾਲਾ ਚੌਂਕ ਇੱਥੋਂ ਸਾਨੂੰ ਕਿਸਾਨਾਂ ਦੀ ਹੜਤਾਲ ਹੋਣ ਕਰਕੇ ਵਾਪਸ ਮੁੜਨਾ ਪਿਆ ਅਤੇ ਗੁਰਾਇਆਂ ਵਾਲੇ ਰਸਤੇ ਦੀ ਸਾਈਡ ਜਾਣਾ ਪਿਆ ਗੱਡੀ ਕਰ ਲਈ ਆਪਾਂ ਚੇਂਜ ਤੇ ਹੁਣ ਆਪਾਂ ਜਾਵਾਂਗੇ ਥਾਰ 'ਚ ਤੇ ਮਿਲੋ ਸਾਡੇ ਕ੍ਰਿਸ਼ਨ ਭਾਜੀ ਨੂੰ ਹੈਲੋ ਤੇ ਇੱਧਰ ਪ੍ਰਦੀਪ ਭਾਜੀ ਨੂੰ ਹੈਲੋ ਸਰ ਤੇ ਗੁਰਦੀਪ ਭਾਈ ਨੂੰ ਤੁਸੀਂ ਪਹਿਲਾਂ ਹੀ ਮਿਲ ਲਿਆ ਤੇ ਮੈਂ ਮੈਡਮ ਆ ਚਲੋ ਸਰ ਮੈਡਮਾਂ ਨੂੰ ਵੀ ਹੈਲੋ ਹੀ ਆ ਓ ਯੈਸ ਤੇ ਹੁਣ ਆਪਾਂ ਤੁਹਾਨੂੰ ਲੋਕੇਸ਼ਨ ਤੇ ਪਹੁੰਚ ਗਏ ਸਾਂ ਕਿੱਥੇ ਜਾ ਰਹੇ ਆ ਰਾਸਤੇ ਤੁਹਾਨੂੰ ਵਿਊ ਦਿਖਾਉਂਦੇ ਜਾਵਾਂਗੇ ਸਟੈਪ ਬਾਏ ਸਟੈਪ ਸੋ ਵੇਟ ਐਂਡ ਵਾਚ ਬੰਦਾ ਸਾਡਾ ਪਹਿਲਾਂ ਹੀ ਸੌ ਗਿਆ ਅਜੇ ਜਰਨੀ ਸਟਾਰਟ ਹੋਈ ਹੈ ਪਹਿਲੇ ਨੀਂਦ ਆਉਣ ਲੱਗ ਗਈਆਂ ਉੱਠੋ ਸਟ੍ਰਾਈਕ ਕਰਕੇ ਰਸ਼ ਬਹੁਤ ਜ਼ਿਆਦਾ ਸੀ ਹਰ ਸਾਈਡ ਤੇ ਹਰ ਸੜਕ ਤੇ ਕਿਸਾਨਾਂ ਨੇ ਰੇਲੇ ਫਾਟਕ ਵੀ ਜਾਮ ਕੀਤੇ ਹੋਏ ਸੀ ਉਸ ਦਿਨ ਬਹੁਤ ਬੁਰਾ ਹਾਲ ਸੀ ਰਸ਼ ਦਾ ਲੋ ਜੀ ਗੱਡੀ ਘੁਮਾ ਘੁਮਾ ਕੇ ਪਤਾ ਨਹੀਂ ਕਿੱਥੇ ਪਹੁੰਚ ਗਏ ਐ ਸਰ ਸਾਨੂੰ ਖੁਦ ਕਲੀਅਰ ਨਹੀਂ ਹੈਗਾ ਕਿਉਂਕਿ ਜਿਹੜੀ ਲੇਬਰ ਦੀ ਸਟ੍ਰਾਈਕ ਆ ਉਸ ਚੱਕਰ ਦੇ ਵਿੱਚ ਸਾਨੂੰ ਬੜਾ ਸ਼ਹਿਰ ਦੇ ਵਿੱਚ ਇੱਧਰ ਉੱਧਰ ਹੋਣਾ ਪੈ ਰਿਹਾ ਪਰ ਸਾਨੂੰ ਹੁਸ਼ਿਆਰਪੁਰ ਦਾ ਰਸਤਾ ਨਹੀਂ ਮਿਲਿਆ ਅਜੇ ਤੱਕ ਜਿੱਦਾਂ ਤੁਹਾਨੂੰ ਮਿਲਦਾ ਤੁਹਾਨੂੰ ਐਂਟਰੀ ਦਿਖਾਉਂਦੇ ਆ ਜੀ ਮੈਂ ਇਹਨੇ ਰਸਤਾ ਲੱਭ ਲਿਆ ਫਾਈਨਲੀ ਆਪਾਂ ਉਹਨਾਂ ਨੂੰ ਥੈਂਕਸ ਕਰਨਾ ਚਾਹੁੰਦੇ ਆ ਪਰ ਅਜੇ ਕਰ ਨਹੀਂ ਸਕਦੇ ਅੱਜ ਕਰਾਂਗੇ ਮਿਲ ਕੇ ਆਰਾਮ ਨਾਲ ਜਦੋਂ ਸਾਈਡ ਤੇ ਗੱਡੀ ਲਾ ਕੇ ਗੱਲਾਂ ਬਾਤਾਂ ਮਾਰਨਗੇ ਤੇ ਹੁਣ ਪੈ ਚੁੱਕੀਆਂ ਹੁੰਦਾ ਵੀ ਸਾਡਾ ਗੂਗਲ ਮੈਪ ਤੁਹਾਨੂੰ ਸਮਝਾਉਂਗਾ ਜੇ ਅਸੀਂ ਜਿਵੇਂ ਲੱਗੀ ਆ ਹੁਣ ਬਹੁਤ ਜ਼ਿਆਦਾ ਭੁੱਖ ਤੇ ਪ੍ਰਦੀਪ ਭਾਜੀ ਕਹਿੰਦੇ ਕੋਸਟ ਜਾਣਾ ਪਰ ਅਸੀਂ ਕਿਹਾ ਨਹੀਂ ਤੁਹਾਡਾ ਖਰਚਾ ਨਹੀਂ ਕਰਾਉਣਾ ਤੇ ਹੁਣ ਦੇਖਦੇ ਆਂ ਪ੍ਰਦੀਪ ਭਾਜੀ ਕੀ ਸਲਾਹ ਕਰਦੇ ਹੁਣ ਇੱਕ ਕਹਿੰਦੇ ਇਹਨਾਂ ਨੂੰ ਫਿਲਹਾਲ ਤਾਂ ਮੁਲਚੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਕਹਿੰਦੇ ਜਾਣਦਾ ਖੜਾ ਹੋ ਇੱਥੇ ਆ ਤੇ ਰਹਿੰਦੇ ਲੁਧਿਆਣੇ ਨੇ ਪਤਾ ਨਹੀਂ ਕਿੱਦਾਂ ਜਾਣਦਾ ਹੁਣ ਕੀ ਰਿਸ਼ਤਾ ਇਹਨਾਂ ਦਾ ਹੀ ਦੱਸ ਸਕਦੇ ਨੇ ਸਾਡੀ ਸਮਝ ਤੋਂ ਤਾਂ ਬਾਹਰ ਆ ਯਾਰੀ ਪੈ ਜਾਂਦੀ ਖਾਣ ਪੀਣ ਅੱਛਾ ਜੀ ਯਾਰੀ ਤੁਹਾਡੀ ਖਾਣ ਪੀਣ ਵਾਲਾ ਨੇ ਹੁਣ ਥੋੜੀ ਢਿੱਡ ਵਧਾਇਆ ਖਾ ਖਾ ਕੇ ਮਿਹਨਤੀ ਬੰਦੇ ਆ ਮਿਹਨਤੀ ਚਲੋ ਐਣਾ ਉੱਥੇ ਕੱਢਣਾ ਮੈਂ ਤੁਹਾਨੂੰ ਜਦੋਂ ਕਿਤੇ ਰੁਕਦੇ ਆ ਫੇਰ ਤੁਹਾਨੂੰ ਦੱਸਦੇ ਆ ਹੁਸ਼ਿਆਰਪੁਰ ਤੇ ਚੜ੍ਹਦੇ ਹੀ ਰਸਤੇ ਸਾਨੂੰ ਕੁਛ ਖਾਸ ਨਹੀਂ ਮਿਲਿਆ ਇਸ ਕਰਕੇ ਅਸੀਂ ਗੱਡੀ ਸਪੀਡ ਮੇਨਟੇਨ ਕੀਤੀ ਹੋਈ ਸੀ ਇੱਥੇ ਸਾਨੂੰ ਇੱਕ ਨਵੀਂ ਗੱਲ ਦੇਖਣ ਨੂੰ ਮਿਲੀ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਵੀ ਈ ਰਿਕਸ਼ੇ ਹੁੰਦੇ ਨੇ ਉਹ ਲੇਡੀਜ਼ ਚਲਾਉਂਦੀਆਂ ਨੇ ਇਹ ਸਾਨੂੰ ਪਤਾ ਨਹੀਂ ਸੀ ਇਹ ਸਾਨੂੰ ਦੱਸਣ ਵਾਲੇ ਕ੍ਰਿਸ਼ਨ ਭਾਜੀ ਸੀ ਅਤੇ ਪ੍ਰਦੀਪ ਭਾਜੀ ਸੀ ਦੇਖੋ ਹੁਸ਼ਿਆਰਪੁਰ ਦੀ ਮਾਰਕੀਟ ਰੇਤਾ ਜ਼ਿਆਦਾ ਪਈ ਆ ਦੁਕਾਨਾਂ ਤਾਂ ਘੱਟ ਹੀ ਨੇ ਇੱਥੇ ਇੱਧਰ ਵੀ ਉੱਧਰ ਵੀ ਲੱਗਦਾ ਹੁਸ਼ਿਆਰਪੁਰ ਵਾਲੇ ਕੋਲ ਜ਼ਿਆਦਾ ਹੀ ਪੈਸੇ ਨੇ ਲੜੇ ਕਾਣੇ ਦਾ ਸ਼ਾਇਦ ਤੁਹਾਨੂੰ ਇਹ ਝੰਡੇ ਦੱਸ ਦੇਣ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੁਸੀਂ ਸਮਝ ਜਾਓਗੇ ਹੌਲੀ ਹੌਲੀ ਇਹ ਦਰਖਾਹ ਬਾਬਾ ਹਜ਼ਰਤ ਸ਼ਾਹ ਜੀ ਦੀ ਹੈ ਦਰਗਾਹ ਦਾ ਵਿਊ ਬਹੁਤ ਸੋਹਣਾ ਸੀ ਅਤੇ ਰੀਅਲੀ ਜਦੋਂ ਤੁਸੀਂ ਆਪ ਦੇਖੋਗੇ ਤੁਹਾਨੂੰ ਬਹੁਤ ਸੋਹਣੇ ਲੱਗੋ ਰਸਤੇ ਦੇ ਵਿਊ ਇੰਨੇ ਸੋਹਣੇ ਸੀ ਕਿ ਅਸੀਂ ਵੀਡੀਓ ਬਣਾਉਂਦੇ ਬਣਾਉਂਦੇ ਵੀਡੀਓ ਐਡੀ ਲੰਬੀ ਹੋ ਗਈ ਮੇਰੇ ਦਿਮਾਗ 'ਚ ਗੱਲ ਹੀ ਨਹੀਂ ਰਹੀ ਕਿ ਮੈਂ ਵਲੌਗ ਬਣਾ ਰਿਹਾ ਅਤੇ ਜਦੋਂ ਮੈਨੂੰ ਸ਼ੋਟ ਲਾਉਣੇ ਪਏ ਮੈਨੂੰ ਫਿਰ ਆਇਆ ਕਿ ਵੀਡੀਓ ਬਹੁਤ ਲੰਬੀ ਹੋ ਰਹੀ ਸੀ
ਸਨੈਪ ਸ਼ਾਟਾਂ ਕਰਕੇ ਕਿਉਂਕਿ ਵਿਊ ਬਹੁਤ ਵਧੀਆ ਸੀ, ਬਹੁਤ ਹੀ ਵਧੀਆ। ਇਹਨਾਂ ਪਹਾੜਾਂ ਦੀ ਗੱਲ ਬਹੁਤ ਹੈਰਾਨ ਕਰ ਦੇਣ ਵਾਲੀ ਹੈ, ਬਟ ਉਹ ਤੁਹਾਨੂੰ ਅਸੀਂ ਥੋੜ੍ਹੀ ਦੇਰ ਤੱਕ ਦੱਸਾਂਗੇ ਜਦੋਂ ਅਸੀਂ ਪੁਆਇੰਟ 'ਤੇ ਪਹੁੰਚ ਚੁੱਕੇ ਹੋਵਾਂਗੇ। ਪਤਾ ਨਹੀਂ ਇੱਥੇ ਦੇ ਬੱਦਲ ਮੈਨੂੰ ਇੰਨੇ ਸਾਫ਼ ਲੱਗ ਰਹੇ ਸੀ ਜਾਂ ਫਿਰ ਉਹ ਰੀਅਲ ਦੇ ਵਿੱਚ ਸੀ, ਅਤੇ ਦੂਜਾ ਇੱਥੋਂ ਦੀ ਹਰਿਆਲੀ ਉਹ ਤੁਹਾਡੀ ਨਿਗਾਹ ਹੀ ਨਹੀਂ ਹਟਣ ਦਿੰਦੀ ਸੀ ਬਾਹਰਲੀ ਸਾਈਡ ਤੋਂ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਵੋ, ਵੀ ਉਹ ਬਹੁਤ ਔਸਮ ਸੀ ਰੀਅਲੀ। ਵਿਊ ਬੜੇ ਸ਼ਾਨਦਾਰ ਤੇ ਸੋਹਣੇ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ। ਅਸੀਂ ਸੁਣ ਕੇ ਹੈਰਾਨ ਹੋ ਗਏ ਸੀ ਕਿ ਚੈੱਕ ਪੋਸਟ ਪੰਜਾਬ ਪੁਲਿਸ ਗਿਆ ਸੀ। ਦੋ ਮੂੰਹ ਚ ਪਾ ਗਿਆ ਉਹਨੇ ਇੱਕ ਹੱਥ ਚੱਕ ਲਿਆ ਤੈਨੂੰ ਵੀ ਆ ਗਏ। ਮੈਨੂੰ ਉਮੀਦ ਹੈ ਕਿ ਜਿੰਨੇ ਸ਼ੌਕ ਅਸੀਂ ਇਹ ਗੱਲ ਸੁਣ ਕੇ ਹੋਏ ਸੀ ਤੁਸੀਂ ਵੀ ਹੋਵੋਗੇ ਕਿ ਪੰਜਾਬ ਦੀ ਹੱਦ ਇੱਥੇ ਖਤਮ ਹੁੰਦੀ ਹੈ। ਮਤਲਬ ਜਿੰਨੇ ਵੀ ਹੁਣ ਤੱਕ ਅਸੀਂ ਵਿਊ ਅਤੇ ਪਹਾੜ ਦੇਖੇ ਉਹ ਸਾਰੇ ਪੰਜਾਬ ਦੇ ਵਿੱਚ ਆਉਂਦੇ ਆ, ਅਤੇ ਹੁਣ ਅੱਗੋਂ ਹਿਮਾਚਲ ਸ਼ੁਰੂ ਹੋਣ ਲੱਗਾ। ਬਕਾਇਦਾ ਮੈਂ ਬੋਰਡ ਤੁਹਾਨੂੰ ਸ਼ੋਅ ਕਰਵਾਇਆ, ਮੈਨੂੰ ਵੀ ਕਨਫਰਮ ਨਹੀਂ ਸੀ ਬਟ ਮੈਨੂੰ ਹੁਣ ਪਤਾ ਲੱਗਾ ਸੀ ਪਹਿਲੀ ਵਾਰ ਕਿ ਹਾਂ ਇੱਦਾਂ ਵੀ ਹੁੰਦਾ ਕਿ ਪਹਾੜ ਪੰਜਾਬ 'ਚ ਵੀ ਹੈਗੇ ਆ। ਹੁਣ ਅਸੀਂ ਹਿਮਾਚਲ ਦੀ ਹੱਦ ਵਿੱਚ ਕਾਫ਼ੀ ਅੱਗੇ ਆ ਚੁੱਕੇ ਸੀ, ਅਤੇ ਇੱਥੇ ਜਿਹੜੇ ਹੁਣ ਤੁਸੀਂ ਪਹਾੜ ਦੇਖ ਰਹੇ ਹੋ ਇਹ ਹਿਮਾਚਲ ਦੇ ਪਹਾੜ ਨੇ। ਠੀਕ ਹੈ ਜੀ, ਦਾਦਾਗਿਰੀ ਬੜੀ ਚੱਲਦੀ ਹੈ।
ਇਹ ਨਵਾਂ ਰਸਤਾ ਬਣਿਆ ਜਾਂਦਾ ਕਿੱਧਰ ਨੂੰ ਭਾਜੀ ਜਾਂਦਾ ਚਿੰਤਪੁਰਨੀ ਨਹੀਂ ਹੈ ਚਿੰਤਪੁਰਨੀ व्यू सारे बड़े शानदार व्यू बड़ा शानदार ते जबरदस्त जी। आप इतने दो मिनट रुके हैं थोड़ा खाण पीन ते ये अपने ना बंदे गुरदीप गुरदीप कि लगे आके पहले सानू नहीं पता सोचे सारे पहाड़ हिमाचल प्रदीप भाई दस पहाड़ा बारे लोकेशन हाँ फिर मिल गए प्रदीप भाई नू हाँ मिल ले बैठे भाई साहब हेलो व्यू बड़ा शानदार है ऑसम जिथे लुकिया क्या बात है